ਸਤਿ ਸ਼੍ਰੀ ਅਕਾਲ ਜੀ پرویز ਰਜ਼ਾ ਤੁਹਾਡੀ خدمت ਹਾਜ਼ਰ ਹੈ ਜਿਵੇਂ ਤੁਹਾਨੂੰ ਵੀ ਪਤਾ ਹੈ ਪੂਰੀ ਦੁਨੀਆ ਦੇ ਵਿੱਚ ਦਿਹਾੜ ਬਣਾਇਆ ਜਾ ਰਿਹਾ ਹੈ ਪੰਜਾਬੀ ਜ਼ੁਬਾਨ ਜਣੀ ਮਾਂ ਬੋਲੀ ਦਾ ਤੇ ਮਾਂ ਬੋਲੀ ਤੇ ਸਾਡੀ ਆਪਣੀ ਸੁਬਾਨ ਹੈ ਨਾ ਜੀ ਜਿਸ ਤਰ੍ਹਾਂ ਮਾਂ ਦੀ ਠੰਡੀ ਛਾਂ ਹੁੰਦੀ ਹੈ ਤੇ ਇਸੇ ਤਰ੍ਹਾਂ ਮਾਂ ਬੋਲੀ ਦੀ ਵੀ ਠੰਡੀ ਛਾਂ ਹੀ ਹੁੰਦੀ ਹੈ ਕਿਉਂਕਿ ਮਾਂ ਮਾਂ ਹੈ ਤੇ ਉਹਦੀ ਬੋਲੀ ਤੇ ਫਿਰ ਉਹ ਜ਼ਿਆਦਾ ਇਮਤਿਹਾਨ ਰੱਖਦੀ ਹੈ ਤੇ ਮਾਂਚ ਤੇ ਮਾਂ ਦੀ ਬੋਲੀ 'ਚ ਮੈਂ ਤਾਂ ਕੋਈ ਫਰਕ ਨਹੀਂ ਸਮਝਦਾ ਉਨੀ ਹੀ ਠੰਡਕ ਉਨਾ ਹੀ ਸਰੂਰ ਉਨਾ ਹੀ ਮਜ਼ਾ ਆ ਜਾਂਦਾ ਹੈ ਇਹ ਮਾਂ ਬੋਲੀ ਬੋਲ ਕੇ ਕਿਉਂਕਿ ਅਸੀਂ ਜੰਮੇ ਪਲੇ ਇਸੇ ਜ਼ਬਾਨ 'ਚ ਹੀ ਆ ਤੇ ਇਸੇ ਜ਼ਬਾਨ ਦੇ ਨਾਲ ਹੀ ਸੀ ਪੂਰੀ ਦੁਨੀਆ ਵੀ ਘੁੰਮੀ ਹਾਂ ਪੂਰੀ ਦੁਨੀਆ ਤੋਂ ਯਾਦ ਆਇਆ ਪੂਰੀ ਦੁਨੀਆ ਅਸੀਂ ਘੁੰਮ ਕੇ ਦੇਖਿਆ ਜਿਵੇਂ ਜ਼ਬਾਨ ਕਹੀ ਜਾਂਦੀ ਏ ਕਿ ਅੰਗਰੇਜ਼ੀ ਤੋਂ ਬਾਅਦ ਫਰੈਂਚ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਲੈਂਗੁਏਜ ਨਾ 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 ਕਤਨ ਨਹੀਂ ਇਹ ਮੇਰਾ ਜ਼ਾਤੀ ਤਜਰਬਾ ਹੈ ਸੈਕੰਡ ਵੱਡੀ ਲੈਂਗੁਏਜ ਜਿਹੜੀ ਹੈ ਨਾ ਉਹ ਪੰਜਾਬੀ ਅਸੀਂ ਦੇਖਿਆ ਘਰਾਂ ਦੇ ਵਿੱਚ ਉਹ ਉੱਥੇ ਕੋਈ ਉਰਦੂ ਸ਼ੁਰਦੂ ਨਹੀਂ ਬੋਲਦਾ ਉੱਥੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ ਘਰਾਂ ਦੇ ਵਿੱਚ ਬੱਚਿਆਂ ਨਾਲ ਪੰਜਾਬੀ ਵਿਰਸੇ ਇੰਗਲਿਸ਼ لہذا ਇਹਦੀ ਬੜੀ ਹੈਮਿਆਤ ਹੈ ਹੁਣ ਤੇ ਉੱਥੇ ਮੈਂ ਪੰਜਾਬੀ ਦੇ Song ਜਿਹੜੇ ਸਾਡੇ ਸਿੰਗਰਾਂ ਨੇ ਗਾਏ ਨੇ ਹਰਫ ਲੋਹਾਰ ਹਰਮ ਲੋਹਾਰ ਉਹ ਦੂਸਰੇ जिन्ने ਵੀ ਸਾਡੇ ਪੰਜਾਬ ਦੇ ਇੱਕ ਇੱਕ ਸਾਡੇ ਮਸਾਇਜ ਜਿਹੜੇ ਨੇ ਉਹਨਾਂ ਦਾ ਵੀ ਬੜਾ ਕੰਟ੍ਰਿਬਿਊਸ਼ਨ ਨੇ ਇਸ ਹਵਾਲੇ ਦੇ ਨਾਲ ਪੰਜਾਬੀ ਜ਼ਬਾਨ ਇਸ ਜ਼ਬਾਨ ਨੂੰ ਜ਼ਿਆਦਾ ਪ੍ਰਮੋਟ ਕਰਨ 'ਚ ਬਹੁਤ ਜ਼ਿਆਦਾ ਉਹਨਾਂ ਦਾ ਵੀ ਹੱਥ ਥੇ ਤੇ ਉਹ ਬੜੀ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਜ਼ਬਾਨ ਜਿਹੜੀ ਹੈ ਨਾ ਉਹਦਾ ਚਸਕਾ ਜਿਹੜਾ ਹੈ ਇਹ ਕੁਝ ਹੋਰ ਹੀ ਹੈ ਔਰ ਮਜ਼ਾ ਹੀ ਬੜਾ ਆਂਦਾ ਹੈ ਤੇ ਮੈਂ ਜਾਂਦੇ ਜਾਂਦਾ ਇੱਕ ਛੋਟਾ ਜਿਹਾ ਤੁਹਾਨੂੰ ਇੱਕ ਹਾਇਤੇ ਮਾਈ ਹੈ ਟਾਈਪ ਹੀ ਹੈ ਲੇਕਿਨ ਅਸਲ ਜਿਹੜਾ ਜਿਸ ਤਰ੍ਹਾਂ ਜੁਗਨੀ ਸੀ ਇੱਕ ਜ਼ਮਾਨੇ ਦੇ ਵਿੱਚ ਉਹਦਾ ਅਸਲ ਟਿੰਜ ਜਿਹਨੂੰ ਅਸੀਂ ਕਹਿੰਦੇ ਆ ਉਹ ਕੀ ਸੀ ਪੰਜਾਬ ਦੀ ਉਹ ਜਿਸ ਤਰ੍ਹਾਂ ਉਹ ਸੀ ਨਾ ਆਪਣਾ ਉਹ ਕੀ ਨਾ ਸੀ ਉਹਦਾ ਆਲਮ ਲੋਹਾਰ ਤੋਂ ਵੀ ਪਹਿਲੇ ਬੁੱਢਾ ਸ਼ੇਖ ਉਹਦਾ ਇੱਕ ਅੰਦਾਜ਼ ਹੁੰਦਾ ਸੀ ਜੁਗਨੀ ਸੁਣਾਉਂਦਾ ਵੀ ਤੇ ਉਹ ਪੰਜਾਬੀ ਦੇ ਢੋਲੇ ਮਾਈ ਇਹ ਵੀ ਉਹਨਾਂ ਦਾ ਸਟਾਈਲ ਕੀ ਸੀ ਉਹਦੇ ਤੇ ਮੈਂ ਖਤਮ ਕਰਾਂਗਾ ਇਸ ਪ੍ਰੋਗਰਾਮ ਨੂੰ ਕਿ ਪਾਣੀ ਪੀਂਦੇ ਨੂੰ ਛੀ ਕਰੀਏ ਪਾਣੀ ਪੀਂਦੇ ਨੂੰ ਛੀਕ ਰਿਏ ਜਿਸ ਘਰੀ ਯਾਰੀ ਲਾਈਏ ਬੰਦੇ ਬੰਦੇ ਅੱਗੇ ਜੀ ਕਰੀਏ ਓਏ ਬੰਦੇ ਬੰਦੇ ਅੱਗੇ ਜੀ ਕਰੀਏ ਐਸਟਾਲਸ ਅੱਲਾਹ